ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਵਰਾਤਰੀ ਦੀ ਅਸ਼ਟਮੀ ਕਰਨ ਲੱਗੀ ਹਾਂ ਮੈਂ, ਅਤੇ ਟਾਈਮ ਹੋ ਰਿਹਾ ਸੁਬਹਾ 6:30 ਦਾ। ਅਤੇ ਇੱਕ ਸਾਈਡ 'ਤੇ ਮੈਂ ਰਾਤ ਦਾ ਜਿਹੜੇ ਛੋਲੇ ਡਿਪ ਕਰਕੇ ਰੱਖਤੇ ਸੀਗੇ ਉਹਨਾਂ ਨੂੰ ਸੀਟੀ ਲਗਵਾ ਰਹੀ ਹਾਂ। ਆਹ ਹੈਗਾ ਮੇਰਾ ਮੋਰਨਿੰਗ ਡਰਿੰਕ, ਜੀਰਾ ਅਤੇ ਸਿਨਮਨ ਦਾ ਪਾਣੀ ਹੈ ਕਿਉਂਕਿ ਮੈਂ ਡਾਇਟ 'ਤੇ ਹਾਂ। ਅਤੇ ਇੱਕ ਸਾਈਡ ਚਾਹ ਬਣ ਰਹੀ ਸੀਗੀ। ਅਤੇ ਆਹ ਦੇਖੋ ਜੀ ਸਵੇਰੇ ਕਿੰਨਾ ਠੰਡਾ ਮੌਸਮ, ਕਿੰਨਾ ਵਧੀਆ ਵਿਊ ਹੈ ਸਵੇਰ ਸਵੇਰ ਦਾ। ਆਹ ਪੌਦਿਆਂ ਕੋਲ ਆ ਕੇ ਮੈਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਮੇਰੀਆਂ ਅੱਖਾਂ ਨੂੰ ਸਵੇਰੇ ਸਵੇਰੇ। ਆਹ ਦੇਖੋ ਜੀ ਪੁਦੀਨਾ ਲਾਇਆ ਸੀਗਾ, ਜੋ ਆਪਾਂ ਪੁਦੀਨਾ ਬਾਜ਼ਾਰੋਂ ਲਿਆਉਂਦੇ ਉਹਦੀਆਂ ਡੰਡੀਆਂ ਲਗਾ ਦਿੱਤੀਆਂ ਸੀ ਅਤੇ ਉੱਗ ਰਿਹਾ ਆ। ਅਤੇ ਆਹ ਜਿਹੜੇ ਆਪਣੇ ਕਲਰਫੁੱਲ ਕੈਪਸੀਕਮ ਹੁੰਦੇ ਉਹ ਲਗਾ ਕੇ ਦੇਖੇ, ਦੇਖੋ ਹੁੰਦੇ ਆ ਕਿ ਨਹੀਂ ਹੁੰਦੇ। ਅਤੇ ਜੇ ਹੋਏ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਵਲੌਗ ਸ਼ੇਅਰ ਕਰੂੰਗੀ। ਅਤੇ ਸਾਰੀ ਤਿਆਰੀ ਹੈ ਜਿਹੜੀ ਆਪਾਂ ਸਟਾਰਟ ਕਰਤੀ ਹੈ ਨਵਰਾਤਰਿਆਂ ਦੀ। ਸਵੇਰੇ ਜਿਹੜਾ ਇਹਨਾਂ ਮੇਰੇ ਦੰਦਾਂ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ, ਉਹਦੇ ਵਾਸਤੇ ਮੈਨੂੰ ਡਾਕਟਰ ਨੇ ਆਹ ਵਾਲਾ ਰੈਕਮੈਂਡ ਕੀਤਾ ਹੈਗਾ, ਜਿਹੜਾ ਟੁੱਥਪੇਸਟ ਹੈਗਾ ਸੈਂਸੋਡੈਂਟ ਕੇ ਪਲੱਸ ਹੈਗਾ ਇਹ, ਅਤੇ ਬਹੁਤ ਹੀ ਜ਼ਿਆਦਾ ਅਲਟਰਾਸੋਫਟ ਇਹਦੇ ਨਾਲ ਬ੍ਰੱਸ਼ ਹੈ ਜਿਹੜਾ, ਕਿਉਂਕਿ ਮੇਰੇ ਇੱਕ ਟੀਥ ਦੇ ਵਿੱਚ ਥੋੜ੍ਹੀ ਜਿਹੀ ਸੈਂਸਟੀਵਿਟੀ ਹੋ ਗਈ, ਉਹਦੀ ਵਜ੍ਹਾ ਨਾਲ ਇਹ ਉਹਨਾਂ ਨੇ ਮੈਨੂੰ ਰੈਕਮੈਂਡ ਕੀਤਾ, ਅਤੇ ਇਹ ਮੈਂ ਕਰੂੰਗੀ ਹੁਣ। ਅਤੇ ਸਾਰੀ ਤਿਆਰੀ ਹੈ ਜਿਹੜੀ ਜੋਰਾ ਸ਼ੋਰਾਂ 'ਤੇ ਚੱਲ ਰਹੀ ਹੈ, ਮੈਂ ਨਹਾ ਲਈ ਸੀਗੀ, ਨਹਾ ਕੇ ਤਿਆਰ ਹੋ ਗਈ। ਅਤੇ ਜੋ ਬੈਕਸਾਈਡ 'ਤੇ ਪੂਰੀਆਂ ਵਗੈਰਾ ਜਿਹੜੀਆਂ ਕੰਜਕਾਂ ਦੇ ਵਾਸਤੇ ਬਣ ਰਹੀਆਂ, ਸਬਜ਼ੀ ਹੈ ਜਿਹੜੀ ਉਹ ਵੀ ਬਣ ਕੇ ਰੈਡੀ ਹੋ ਗਈ, ਉਸ ਨੂੰ ਗਰਮ ਕਰ ਰਹੀ ਹਾਂ ਮੈਂ, ਕਿਉਂਕਿ ਹੁਣ ਸਾਰੇ ਬੱਚੇ ਆ ਜਾਣਗੇ, ਉਹਨਾਂ ਨੂੰ ਆਪਾਂ ਖਾਣ ਵਾਸਤੇ ਦੇਵਾਂਗੇ ਖਾਣਾ। ਆਹ ਦੇਖੋ ਪਨੀਰ ਅਤੇ ਕਾਲੇ ਚਨੇ ਦੀ ਸਬਜ਼ੀ ਹੈ ਜਿਹੜੀ ਮੈਂ ਬਣਾਈ ਹੈ ਬੱਚਿਆਂ ਵਾਸਤੇ। ਅਤੇ ਇੱਕ ਸਾਈਡ 'ਤੇ ਮੈਂ ਪੂਰੀਆਂ ਵਾਸਤੇ ਆਟਾ ਜਿਹੜਾ ਕੇਰਾ ਬਿਨਾਂ ਮੁੱਕੀ ਦਿੱਤੇ ਗੁੰਨ ਕੇ ਰੱਖ ਲਿਆ ਸੀਗਾ, ਉਸ ਤੋਂ ਬਾਅਦ ਮੁੱਕੀ ਦੇ ਕੇ ਉਸਨੂੰ ਸੌਫਟ ਕਰ ਲਾਂਗੇ। ਅਤੇ ਜਿਹੜੇ ਡਰਾਈ ਚਨੇ ਆਪਾਂ ਹਲਵੇ ਦੇ ਵਿੱਚ ਪਾਉਣੇ ਆ ਉਹ ਵੀ ਰੈਡੀ ਹੋ ਗਏ। ਵਾਈਟ ਹਲਵਾ ਬਣਾਇਆ ਮੈਂ ਸੂਜੀ ਦਾ, ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਅਤੇ ਬਹੁਤ ਹੀ ਜ਼ਿਆਦਾ ਬਣਾਉਣਾ ਸੌਖ ਹੈਗਾ। ਜੇ ਤੁਸੀਂ ਕਹੋਗੇ ਇਹਦੀ ਰੈਸਪੀ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ। ਅਤੇ ਹਰਲੀ ਭਾਈ ਜਿਹੜਾ ਸੁੱਤਾ ਉੱਠ ਗਿਆ ਜੀ, ਹਾਂ ਦੇਖੋ, ਅਤੇ ਅਨੰਤ ਵੀਰ ਹੈਗਾ ਤਾਂ ਮੇਰਾ ਬੇਟਾ, ਪਰ ਉਹ ਕਿਸੇ ਨੇ ਇਹਦੀ ਕੰਜਕ ਦਿੱਤੀ ਸੀ ਹਰਲੀ ਦੀ, ਉਹਦੇ ਤਾਂ ਇਹ ਬੈਂਗਲਸ ਆਈਆਂ ਨੇ ਅਤੇ ਅਨੰਤ ਵੀਰ ਦੇ ਪਾਤੀਆਂ ਪੂਰੀਆਂ ਜਿਹੜੀਆਂ ਜੀ ਹੁਣ ਜਿਹੜੀਆਂ ਰਹਿ ਰਹੀਆਂ ਪੂਰੀਆਂ ਉਹਨਾਂ ਨੂੰ ਆਪਾਂ ਸੇਕਾਂਗੇ ਵੰਨ ਬਾਏ ਵੰਨ ਕਰਕੇ ਕੰਜਕਾਂ ਵਾਸਤੇ, ਕਿਉਂਕਿ ਗਰਮ ਗਰਮ ਪੂਰੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਸਰਵ ਕਰਨੀਆਂ ਹੀ ਆ। ਇਸ ਤਰ੍ਹਾਂ ਹੀ ਅੱਜ ਮੈਂ ਪੂਰੀਆਂ ਬਣਾਉਣੀਆਂ ਸਟਾਰਟ ਕੀਤੀਆਂ, ਜਦੋਂ ਇਹਦੇ ਵਿੱਚ ਥੋੜ੍ਹਾ ਜਿਹਾ ਮਿੱਠਾ ਸੋਡਾ ਪਾਉਂਦੇ ਉਹ ਨਹੀਂ ਪਾਇਆ, ਉਸ ਕਰਕੇ ਨਾ ਪੂਰੀਆਂ ਅੱਜ ਮੇਰੀਆਂ ਪਰਫੈਕਟ ਨਹੀਂ ਬਣੀਆਂ, ਮਤਲਬ ਉਨੀਆਂ ਜ਼ਿਆਦਾ ਫੁੱਲੀਆਂ ਨਹੀਂ ਬਣੀਆਂ, ਬਟ ਉਨੀਆਂ ਪਰਫੈਕਟ ਨਹੀਂ ਬਣੀਆਂ ਜਿੰਨੀਆਂ ਬਣਦੀਆਂ ਹੁੰਦੀਆਂ ਹੈਗੀਆਂ। ਅਤੇ ਪੂਰੀਆਂ ਵੀ ਜਿਹੜੀਆਂ ਆਪਣੀਆਂ ਜੀ ਬਹੁਤ ਹੀ ਜ਼ਿਆਦਾ ਸ਼ਰਧਾ ਦੇ ਨਾਲ ਸਾਰਾ ਪ੍ਰਸ਼ਾਦ ਮੈਂ ਬਣਾਇਆ ਹੈਗਾ, ਸੁੱਕੇ ਚਨੇ ਬਣਾਏ ਆ ਮਸਾਲੇ ਵਾਲੇ, ਪਨੀਰ ਅਤੇ ਚਨੇ ਬਣਾਏ ਆ, ਗ੍ਰੇਵੀ ਵਾਲੀ ਸਬਜ਼ੀ, ਪੂਰੀਆਂ ਬਣਾਈਆਂ, ਅਤੇ ਸੂਜੀ ਦਾ ਹਲਵਾ ਬਣਾਇਆ ਹੈਗਾ। ਇਹ ਸਭ ਚੀਜ਼ਾਂ ਬੱਚਿਆਂ ਵਾਸਤੇ, ਪਹਿਲਾਂ ਆਪਾਂ ਭੋਗ ਲਵਾਵਾਂਗੇ ਸਾਰਾ ਸਮਾਨ ਪਾ ਕੇ। ਹਾਂ ਦੇਖੋ ਜੀ ਸਬਜ਼ੀ ਪਾ ਲਈ, ਪੂਰੀ ਪਾ ਲਈ ਆਪਾਂ, ਸੁੱਕੇ ਚਨੇ ਪਾ ਲਏ, ਅਤੇ ਸੂਜੀ ਦਾ ਹਲਵਾ ਵਾਈਟ ਜਿਹੜਾ ਬਣਿਆ ਉਹ ਪਾ ਲਿਆ। ਅਤੇ ਅੱਜ ਸਾਡੀ ਕੰਜਕ ਹੈ ਜਿਹੜੀ ਨਾਰਾਜ਼ ਹੋ ਗਈ, ਉਹ ਰੋਣ ਲੱਗ ਗਈ ਸਵੇਰੇ ਸਵੇਰੇ, ਇਹਦੇ ਪਾਪਾ ਕੰਜਕਾਂ ਨੂੰ ਨੀਚੋਂ ਲੈਣ ਗਏ ਸੀ, ਉਹ ਉਹਨਾਂ ਦੇ ਨਾਲ ਪਹਿਲਾਂ ਵੱਗ ਗਈ ਫਿਰ ਮੁੜਿਆ ਹੀ, ਉਸ ਤੋਂ ਬਾਅਦ ਇਹਨੇ ਕਲੇਸ਼ ਸ਼ੁਰੂ ਕਰ ਲਿਆ ਕੇ। ਅਤੇ ਜੋਤ ਲਗਾਤੀ ਜੀ ਮੈਂ ਮਾਤਾ ਰਾਣੀ ਦੀ, ਸਾਰਾ ਕੁਛ ਸਾਫ਼ ਕਰਕੇ ਇੱਥੋਂ ਚੰਗੀ ਤਰ੍ਹਾਂ ਅਤੇ ਭੋਗ ਲਵਾਤਾ ਮਾਤਾ ਰਾਣੀ ਨੂੰ, ਜੋ ਵੀ ਤਿਲ ਫੁੱਲ ਭੇਟਾ ਜਿਹੜੀ ਆਪਣੇ ਘਰ ਬਣਿਆ ਪ੍ਰਸ਼ਾਦ ਸਾਰੇ ਦਾ ਭੋਗ ਲਵਾਤਾ। ਭੋਗ ਲਵਾਉਣ ਤੋਂ ਬਾਅਦ ਹੀ ਆਪਾਂ ਜਿਹੜਾ ਪ੍ਰਸ਼ਾਦ ਆ ਉਹ ਕੰਜਕਾਂ ਨੂੰ ਸਰਵ ਕਰਦੇ ਹਾਂ। ਬਹੁਤ ਹੀ ਜ਼ਿਆਦਾ ਖੁਸ਼ੀ ਭਰਿਆ ਦਿਨ ਸੀਗਾ ਜੀ ਅੱਜ, ਬਹੁਤ ਹੀ ਵਧੀਆ ਫੀਲਿੰਗ, ਪੋਜ਼ਿਟਿਵ ਫੀਲਿੰਗ ਆ ਰਹੀ ਸੀ, ਕਿਉਂਕਿ ਮੇਰੇ 7 ਨਰਾਤੇ ਸੀਗੇ, ਅਤੇ 7 ਨਰਾਤਿਆਂ ਦੇ ਬਾਅਦ ਅੱਜ ਮੈਂ ਜਿਹੜਾ ਖਾਣਾ ਖਾਧਾ ਹੈਗਾ, ਮਤਲਬ ਖਾਂਦੇ ਸੀ ਕੁੱਟੂ ਦੀ ਰੋਟੀ ਇੱਕ ਟਾਈਮ, ਬਟ ਜਿਹੜਾ ਆਪਾਂ ਹੈ ਨਾ ਕਣਕ ਦੀ ਰੋਟੀ ਜਾਂ ਕਣਕ ਦੀ ਕੋਈ ਵੀ ਚੀਜ਼ ਬਣੀ ਖਾਂਦੇ ਹਾਂ, ਉਸ ਦੀ ਵਜ੍ਹਾ ਨਾਲ ਪਹਿਲਾਂ ਜੋ ਨਹੀਂ ਖਾਂਦੇ ਤਾਂ ਵੀਕਨੈਸ ਹੋ ਜਾਂਦੀ ਆ। ਦੇਖੋ ਜੀ ਮੇਰੀਆਂ ਕੰਜਕਾਂ ਅੱਧੀਆਂ ਚਲੀਆਂ ਗਈਆਂ, ਕਿਉਂਕਿ ਮੈਂ ਸ਼ੂਟ ਕਰਨਾ ਹੀ ਭੁੱਲ ਗਈ ਸੀਗੀ, ਅਤੇ ਜਦੋਂ ਮੈਂ ਸ਼ੂਟ ਕੀਤਾ ਅਤੇ ਉਦੋਂ ਬਸ ਆਹ 5-7 ਰਹਿ ਗਏ ਸੀ ਬੱਚੇ, ਅਤੇ 13-14 ਬੱਚੇ ਆ ਜਿਹੜੇ ਆਏ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਖਾਣਾ ਖਵਾਇਆ, ਅਤੇ ਨਾਲ ਨੋਟਬੁੱਕ ਦਿੱਤੀਆਂ, ਨਾਲ ਪੈਨਸਲ ਸ਼ਾਰਪਨਰ ਅਤੇ ਜੋ ਰੇਜ਼ਰ ਆ ਉਹ ਦਿੱਤੀ, ਨਾਲ ਪੈਸੇ ਦਿੱਤੇ ਇਹਨਾਂ ਨੂੰ। ਆਹ ਦੇਖੋ ਕੁਛ ਬੱਚੇ ਚਲੇ ਗਏ ਆ, ਜਾ ਰਹੇ ਆ ਪੌੜੀਆਂ 'ਚੋਂ, ਜੋ ਵੀ ਬੱਚੇ ਦੇ ਪਾਪਾ ਨੂੰ ਗਲੀ ਦੇ ਵਿੱਚ ਮਿਲੇ ਉਹਨਾਂ ਨੂੰ ਲੈ ਕੇ ਆਏ ਸੀ। ਅਤੇ ਇਸ ਤਰ੍ਹਾਂ ਸਾਡਾ ਜਿਹੜਾ ਕੰਜਕ ਦਾ ਜਿਹੜਾ ਬਲੌਗ ਉਹ ਰੈਡੀ ਹੋ ਗਿਆ। ਆਈ ਹੋਪ ਤੁਹਾਨੂੰ ਮੇਰਾ ਬਲੌਗ ਪਸੰਦ ਹੋਇਆ, ਪਸੰਦ ਆਇਆ ਲਾਈਕ ਕਮੈਂਟ ਸ਼ੇਅਰ ਕਰ ਦਿਓ, ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਸਬਸਕ੍ਰਾਈਬ